ਸ੍ਰੀ ਅਕਾਲ ਜੀ। ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਨੂੰ ਅੰਤ ਤੱਕ ਜ਼ਰੂਰ ਬਣੇ ਰਹਿਣਾ। ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ। ਜਹਾਜ਼ ਦੇ ਪਖਾਨੇ 'ਚ 1 ਘੰਟੇ ਤੱਕ ਫਸਿਆ ਰਿਹਾ ਸਪਾਈਸ ਜੈੱਟ ਦਾ ਮੁਲਾਜ਼ਮ। ਏਅਰਲਾਈਨ ਟਿਕਟ ਦੇ ਪੂਰੇ ਪੈਸੇ ਵਾਪਸ ਕਰਨਗੇ। ਸਪਾਈਸ ਜੈੱਟ ਦਾ ਇੱਕ ਮੁਸਾਫਿਰ ਮੰਗਲਵਾਰ ਨੂੰ 1 ਜਹਾਜ਼ ਦੇ ਪਖਾਨੇ 'ਚ ਕਰੀਬ 1 ਘੰਟੇ ਤੱਕ ਫਸਿਆ ਰਿਹਾ। ਘਟਨਾ ਦੇ ਸਮੇਂ ਜਹਾਜ਼ ਹਵਾ ਵਿੱਚ ਸੀ। ਸਪਾਈਸ ਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਮੁੰਬਈ ਬੈਂਗਲੋਰ ਦੌਰਾਨ ਵਾਪਰੀ ਅਤੇ ਏਅਰਲਾਈਨ ਮੁਸਾਫਿਰ ਨੂੰ ਪੂਰੀ ਰਕਮ ਵਾਪਸ ਕਰਨ ਲਈ ਕਿਹਾ ਰਹੀ ਹਨ। ਏਅਰਲਾਈਨ ਨੇ ਮੁਸਾਫਿਰ ਨੂੰ ਹੋਈ ਪਰੇਸ਼ਾਨੀ ਲਈ ਮੁਆਫ਼ੀ ਵੀ ਮੰਗੀ। ਜਹਾਜ਼ ਦੇ ਬੈਂਗਲੁਰ ਹਵਾਈ ਅੱਡੇ ਤੋਂ ਉਤਰਨ ਤੋਂ ਬਾਅਦ ਤੁਰੰਤ ਬਾਅਦ ਇੱਕ ਇੰਜੀਨੀਅਰ ਨੇ ਪਖਾਨੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਜੋ ਕਿ ਮੁਸਾਫਿਰ ਬਾਹਰ ਆ ਸਕਿਆ। ਮੁਸਾਫਿਰ ਬਾਰੇ ਵੇਰਵਾ ਤੁਰੰਤ ਉਪਲਬਧ ਨਹੀਂ ਹੋ ਸਕਿਆ। ਬੁਲਾਰੇ ਨੇ ਕਿਹਾ ਕਿ 16 ਜਨਵਰੀ ਨੂੰ ਮੁੰਬਈ ਤੋਂ ਬੈਂਗਲੋਰ ਜਾ ਰਹੀ ਸਪਾਈਸ ਜੈੱਟ ਤੋਂ ਉਡਾਣ ਦਾ ਇੱਕ ਮੁਸਾਫਿਰ ਬਦਕਿਸਮਤੀ ਨਾਲ ਦਰਵਾਜ਼ੇ ਦੇ ਤਾਲੇ ਵਿੱਚ ਖਰਾਬੀ ਕਰਨ ਲਗਭਗ 1 ਘੰਟੇ ਤੱਕ ਪਖਾਨੇ 'ਚ ਫਸਿਆ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਮੁਸਾਫਿਰ ਨੂੰ ਟਿਕਟ ਦੀ ਪੂਰੀ ਰਕਮ ਵਾਪਸ ਕੀਤੀ ਜਾਵੇ। ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ। ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।